ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਨਾਲ ਨਜਿੱਠਣ ਵਿੱਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅਸਫਲ ਹੁੰਦਾ ਦਿਖਾਈ ਦੇ ਰਿਹਾ। ਜਿੱਥੇ ਕਈ ਦਿਨਾਂ ਤੋਂ ਸਤਲੁਜ ਦਰਿਆ ਤੇ ਬੰਨ ਟੁੱਟਣ ਕਾਰਨ ਜ਼ਿਲ੍ਹਾ ਜਲੰਧਰ ਦੇ ਬਹੁਤ ਸਾਰੇ ਪਿੰਡਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪੀੜਤ ਲੋਕਾਂ ਦੀ ਮਦਦ ਲਈ ਸਥਾਨਕ ਲੋਕਾਂ ਨੇ ਹਰ ਤਰ੍ਹਾਂ ਦੀ ਮਦਦ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਉੱਥੇ ਪਾਖੜਾ ਡੈਮ ਤੋਂ ਦੁਬਾਰਾ ਪਾਣੀ ਛੱਡੇ ਜਾਣ ਕਾਰਨ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਦੇ ਕਾਰਨ ਹਲਕਾ ਫਲੋਰ ਦੇ ਪਿੰਡ ਪੁਆਰੀ, ਸੈਲੀਕਾਣਾ, ਲਸਾੜਾ, ਕਡਿਆਣਾ, ਅਸ਼ਾਹੁਰ ਅਤੇ ਇਲਾਕੇ ਭਰ ਦੇ ਹੋਰ ਪਿੰਡਾਂ ਤੇ ਦੁਬਾਰਾ ਬੇਹੱਦ ਖਤਰਾ ਮੰਡਰਾਉਣ ਲੱਗ ਪਿਆ ਹੈ। ਪਿੰਡ ਪੁਆਰੀ ਨੇ ਸਤਲੁਜ ਦਰਿਆ ਦੇ ਪਾਣੀ ਦਾ ਬਹਾਅ ਬੰਨ ਵੱਲ ਨੂੰ ਹੋਣ ਕਰਕੇ ਬੰਨ ਅੰਦਰੋਂ ਖੇਤਾਂ ਦੇ ਖੇਤ ਹੜ ਚੁੱਕੇ ਹਨ ਤੇ ਖਤਰਾ ਇੱਥੋਂ ਤੱਕ ਵੱਧ ਚੁੱਕਾ ਹੈ ਕਿ ਬੰਨ ਤੋਂ ਸਿਰਫ 20 ਫੁੱਟ ਜ਼ਮੀਨ ਹੀ ਬਚਦੀ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਅੰਦਰ ਜਿੱਥੇ ਬਚਾਓ ਦੀ ਆਸ ਖਤਮ ਹੋ ਚੁੱਕੀ ਹੈ ਉੱਥੇ ਖਤਰੇ ਦੇ ਸਾਏ ਹੇਠ ਜਿਉਣ ਲਈ ਮਜਬੂਰ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਵਾਰ ਵਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਤੇ ਅਧਿਕਾਰੀ ਖਾਲੀ ਹੱਥੀ ਹੀ ਮੌਕੇ ਤੇ ਆਉਂਦੇ ਹਨ, ਜਿਨ੍ਹਾਂ ਕੋਲ ਕੋਈ ਪੁਖਤਾ ਪ੍ਰਬੰਧ ਤੱਕ ਨਹੀਂ ਹੁੰਦੇ। ਘਟਨਾ ਮੌਕੇ ਤੇ SDM ਫਲੋਰ ਰਾਜੇਸ਼ ਸ਼ਰਮਾ, ਨਾਇਬ ਤਹਿਸੀਲਦਾਰ ਤਪਨ ਪਨੋਟ, ਤਹਿਸੀਲਦਾਰ ਜਸਵਿੰਦਰ ਕੁਮਾਰ, ਅਮਲੇ ਸਮੇਤ ਮੌਕੇ ਤੇ ਪਹੁੰਚੇ ਪਰ ਖਾਲੀ ਹੱਥੀ। ਹਾਂਜੀ ਸਰ ਜੀ, ਕੀ ਸਥਿਤੀ ਹੈ ਇਸ ਵੇਲੇ ਦਰਿਆ ਦੀ? ਇਸ ਵੇਲੇ ਸਥਿਤੀ ਆ, ਤੁਸੀਂ ਦੇਖਦੇ ਆ ਮੌਕੇ ਤੇ 20-25 ਫੁੱਟ ਰਹਿ ਗਿਆ। ਪ੍ਰਸ਼ਾਸਨ ਤਹਿਸੀਲਦਾਰ ਸਾਹਿਬ ਹੁਣ ਆਏ ਆ, ਕੱਲ੍ਹ SDM ਸਾਹਿਬ ਆਏ ਸੀ ਅਤੇ ਖਾਲੀ ਹੱਥੀਂ ਆ ਜਾਂਦੇ ਆ, ਕੋਈ ਲੇਬਰ ਦਾ ਪ੍ਰਬੰਧ ਨਹੀਂ। ਡਰੇਨ ਵਿਭਾਗ ਦੇ ਆ ਦੋ ਮੁਲਾਜ਼ਮ ਕੱਲ੍ਹ ਦੇ ਬੈਠੇ ਆ ਅਤੇ ਉਹਨਾਂ ਨੂੰ ਕੋਈ ਮਨਜ਼ੂਰੀ ਨਹੀਂ ਹੈ ਜਾਲ ਲਈ। ਆ ਰੱਸੀ ਆਈ ਆ ਪਰਸੋਂ ਦੇ ਬੈਠੇ ਆ ਇੱਥੇ, ਅੱਜ ਰੱਸੀ ਆਈ ਆ ਰਾਤ, ਰੱਸੀ ਨਾਲ ਹੁਣ ਕਹਿੰਦੇ ਜਾਲ ਬਣਾਵਾਂਗੇ, ਫਿਰ ਬੋਰੇ ਭਰਾਵਾਂਗੇ, ਫਿਰ ਸਿੱਟਾਂਗੇ। ਜਾਲ ਵੀ ਤਾਂ ਬਣਨਗੇ ਜੇ ਲੇਬਰ ਹੋਊ, ਲੇਬਰ ਇਹਨਾਂ ਕੋਲ ਹੈ ਨਹੀਂ। 8 ਬੰਦੇ ਅਸੀਂ ਪਿੰਡ ਵਾਲਿਆਂ ਨੇ ਇਕੱਠੇ ਕਰਕੇ ਦਿੱਤੇ ਇਹਨਾਂ ਨੂੰ, 8 ਬੰਦਿਆਂ ਦੇ ਨਾਲ ਇਹ ਦਰਿਆ ਨੂੰ ਬੰਨ ਲੱਗਣ ਵਾਲਾ ਨਹੀਂ, ਇਹ ਪ੍ਰਸ਼ਾਸਨ ਦੇ ਬੱਸ ਦੀ ਰੋਗ ਆ। ਪ੍ਰਸ਼ਾਸਨ ਇਹਨੂੰ ਆ ਕੇ ਦਰੁਸਤ ਕਰੇ, ਨਹੀਂ ਤਾਂ ਸਾਡਾ ਇਹ ਦਸਾਂ ਪਿੰਡਾਂ ਦਾ ਅਰਬਾਂ ਰੁਪਏ ਦਾ ਨੁਕਸਾਨ। ਤੁਸੀਂ ਦੇਖੋ ਫਸਲਾਂ ਇਸ ਵੇਲੇ ਸਿਰੇ 'ਤੇ ਆਈਆਂ ਆ, ਫਸਲਾਂ ਨਿਸਰ ਰਹੀਆਂ। ਜੇ ਅੱਜ ਕਿਸਾਨ ਦਾ ਨੁਕਸਾਨ ਹੁੰਦਾ ਤਾਂ ਉਹ ਜ਼ਿੰਦਗੀ ਭਰ ਉੱਠ ਨਹੀਂ ਸਕਦਾ। ਇਸ ਵੇਲੇ ਖੁਦਕਸ਼ੀਆਂ ਕਰ ਰਿਹਾ ਕਿਸਾਨ, ਪਹਿਲਾਂ ਹੀ ਕਰਜ਼ੇ ਦੀ ਮਾਰ ਤਲੇ ਆ। ਪ੍ਰਸ਼ਾਸਨ ਸਾਡੀ ਸੁਣੇ ਨਹੀਂ ਰਿਹਾ। ਤੁਹਾਨੂੰ ਦੱਸਿਆ ਪਹਿਲਾਂ SDM ਸਾਹਿਬ ਕੱਲ੍ਹ ਆਏ ਸੀ, ਉਹ ਵੀ ਇੱਥੋਂ ਆ ਕੇ ਮੁੜ ਗਏ। ਅੱਜ ਤੱਕ ਕੱਲ੍ਹ 11 ਵਜੇ ਆਏ ਸੀ, ਅੱਜ ਮੇਰਾ ਖਿਆਲ 24 ਘੰਟੇ ਹੋ ਗਏ, ਇੱਥੇ 24 ਬੰਦੇ ਲੇਬਰ ਦੇ ਨਹੀਂ ਪਹੁੰਚ ਸਕੇ। ਬੜੇ ਦੁੱਖ ਦੀ ਗੱਲ ਆ, ਬੜੇ ਅਫਸੋਸ ਦੀ ਗੱਲ ਆ, ਜਦਕਿ ਸਾਡਾ ਇਹ ਪ੍ਰਸ਼ਾਸਨ ਲੋਕਾਂ ਲਈ ਇੰਨਾ ਸੁਸਤ ਆ, ਇੰਨਾ ਬੇਫਿਕਰ ਆ, ਉਹਨੂੰ ਕਿਸੇ ਦੀ ਜਾਨ ਮਾਲ ਦੀ ਕੋਈ ਰਾਖੀ ਦਾ ਜ਼ਿੰਮੇਵਾਰੀ ਨਹੀਂ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਦੇ ਸਿਰ ਇਹ ਜ਼ਿੰਮੇਵਾਰੀ ਬਣਨੀ ਚਾਹੀਦੀ ਆ। ਜਿਸ ਬੰਦੇ ਦੀ ਕੁਤਾਹੀ ਹੋਵੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਆ, ਪਰ ਇਹ ਸਰਕਾਰਾਂ ਸੁੱਤੀਆਂ ਪਈਆਂ। ਸਾਡੇ ਕੈਪਟਨ ਸਾਹਿਬ ਵੀ ਗੇੜਾ ਮਾਰ ਗਏ ਹੈਲੀਕਾਪਟਰ 'ਤੇ, ਜਿੱਥੇ ਜਿੱਥੇ ਵੀ ਗਏ। ਔਰ ਤੁਸੀਂ ਦੇਖੋ ਮੇਰੇ ਫਲਾਉ ਤਹਿਸੀਲ ਵਿੱਚ ਜਿੰਨੀ ਤਬਾਹੀ ਹੋਈ ਆ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਨਾਲੋਂ ਵੱਧ ਹੋਈ ਆ। ਔਰ ਉੱਥੇ 8-8 ਫੁੱਟ ਘਰਾਂ ਵਿੱਚ ਪਾਣੀ ਭਰ ਗਿਆ, ਉਹ ਬੰਦੇ ਭੁੱਖੇ ਇੱਥੇ ਆਏ, ਪਸ਼ੂ ਰੁੜ ਗਏ ਉਹਨਾਂ ਲੋਕਾਂ ਦੇ। ਅੱਜ ਤਾਈਂ ਉੱਥੇ ਕੋਈ ਬੰਨ ਦਾ ਇੰਤਜ਼ਾਮ ਨਹੀਂ, ਕੋਈ ਉੱਥੇ ਮਿੱਟੀ ਨਹੀਂ ਲੱਗ ਰਹੀ।
ਇਸ ਕਰਕੇ ਜੇਕਰ ਇਹੀ ਪ੍ਰਸ਼ਾਸਨ ਨੂੰ ਲੋਕਾਂ ਦੇ ਸਿਰ 'ਤੇ ਹੀ ਛੱਡਣਾ ਤਾਂ ਲੋਕ ਕਿੰਨਾ ਚਿਰ ਕਰਨਗੇ। ਕੱਲ੍ਹ ਮੇਰੇ ਪਿੰਡ ਦੇ ਲੋਕਾਂ ਨੇ 11 ਟਰੈਕਟਰ ਜੇ ਵੀ ਸੀ ਔਰ ਇੱਥੋਂ ਘੱਟੋ ਘੱਟ 150 ਬੂਟਾ ਵੱਢ ਕੇ ਦਰਿਆ 'ਚ ਬੰਨ ਲਾਇਆ, ਉਹਨੂੰ ਅੱਜ ਤਾਈਂ ਰੋਕ ਰੱਖਿਆ। ਪਰ ਅੱਜ ਸਾਡੇ ਪਿੰਡ ਦੇ ਲੋਕ ਵੀ ਥੱਕ ਚੁੱਕੇ ਆ, ਕਿਉਂਕਿ ਪ੍ਰਸ਼ਾਸਨ ਨੇ ਸਾਡੇ ਨਾਲ ਹੰਗਾਰਾ ਨਹੀਂ ਭਰਿਆ, ਸਾਨੂੰ ਹੱਲਾਸ਼ੇਰੀ ਨਹੀਂ ਦਿੱਤੀ, ਕੋਈ ਬੰਦਾ ਨਹੀਂ ਇੱਥੇ ਭੇਜਿਆ। ਇਸ ਕਰਕੇ ਸਾਡਾ ਪ੍ਰਸ਼ਾਸਨ ਇਸ ਵੇਲੇ ਬਿਲਕੁਲ ਜ਼ੀਰੋ ਹੋ ਚੁੱਕਾ ਆ। ਜੇ ਕੋਈ ਇੱਥੇ ਆਉਂਦਾ ਤਾਂ ਉਹ ਆ ਕੇ ਪੁੱਤ ਦੇ ਕੇ ਮੁੜ ਜਾਂਦਾ, ਤਾਂ ਉਸ ਦੀ ਜ਼ਿੰਮੇਵਾਰੀ ਕਿਹਤੇ ਪਾਈਏ, ਕਿਹੜੀ ਸਰਕਾਰ 'ਤੇ ਪਾਈਏ? ਅਸੀਂ ਕੀ ਕਰ ਸਕਦੇ ਹਾਂ? ਮਜਬੂਰ ਆ ਸਾਡੇ ਲੋਕ, ਸਾਡੀ ਸੁਣੀ ਜਾਵੇ। ਅਸੀਂ ਤਾਂ ਕੈਪਟਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਜੇਕਰ ਤੁਹਾਡੇ ਕਹਿਣੇ 'ਚ ਪ੍ਰਸ਼ਾਸਨ ਨਹੀਂ ਹੈ ਤਾਂ ਫਿਰ ਅਸੀਂ ਕਿਹਨੂੰ ਕਹੀਏ? ਕੈਪਟਨ ਸਾਹਿਬ ਇੱਕ ਵਾਰੀ ਸਾਡੀ ਬੇਨਤੀ ਸੁਣ ਲਓ, ਇਹ ਟੁੱਟਣ 'ਤੇ ਪਹਿਲਾਂ ਇੱਥੇ ਲੇਬਰ ਭੇਜ ਦਿਓ। ਜੇਕਰ ਲੇਬਰ ਨਹੀਂ ਆਉਂਦੀ ਤਾਂ ਇਹ ਸਰਕਾਰਾਂ ਲਈ ਸਾਨੂੰ ਮਜਬੂਰ ਹੋ ਕੇ ਫਲਾਓ ਦਾ GT ਰੋਡ ਰੋਕਾਂਗੇ। ਜੇਕਰ ਇਹ ਬੰਨ ਟੁੱਟ ਗਿਆ ਅਸੀਂ ਉਨਾ ਚਿਰ ਨਹੀਂ ਉੱਠਾਂਗੇ ਫਿਰ ਜਿੰਨਾ ਚਿਰ ਸਾਨੂੰ ਇਸ ਫਸਲ ਦਾ ਪੂਰਾ ਮੁਆਵਜ਼ਾ ਨਹੀਂ ਦਿੰਦਾ। ਸਾਨੂੰ ਇਸ ਕਰਕੇ ਬੇਨਤੀ ਕਰਦੇ ਹਾਂ, ਜਿਹੜੇ ਸਾਡੇ ਪੰਜਾਬ ਦੇ ਭਰਾ ਕਿਸਾਨ ਉੱਜੜ ਗਏ, ਉਹਨਾਂ ਦੀ ਤਾਂ ਹੁਣ ਭਰਪਾਈ ਨਹੀਂ ਹੋਣੀ, ਪਰ ਜਿਹੜਾ ਸਮਾਂ ਥੋੜ੍ਹਾ ਰਹਿੰਦਾ ਉਹਨਾਂ ਨੂੰ ਬਚਾ ਲਿਆ ਜਾਵੇ। ਮੈਂ ਇਹੀ ਕੈਪਟਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ। 6 ਮਹੀਨੇ ਹੋ ਗਏ ਨਾ, 6 ਮਹੀਨੇ 'ਚ ਰੇਤ ਕੱਢਣ ਬਾਰੇ ਪ੍ਰਸ਼ਾਸਨ ਕੀ ਕਰੇ, ਮੈਂ ਉਹੀ ਦੱਸਣ ਲੱਗਾ। ਸੁਣ ਲਓ, ਬੰਨ ਡਾਊਨ ਨਹੀਂ ਕੀਤਾ, ਇਹਨੀ ਤੋੜਿਆ ਬੰਨ। ਸੁਣ ਲਓ, ਸਾਂਝ ਟੀਵੀ ਲਈ ਨਿਰਮਲ ਗੁੜਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।